डेढ़ साल हो गया ना। हाँ। कितना बार कर डेढ़ साल च 38 है 38 अच्छा 67 ते आ गया ना। बीपी ना हुन आज ਤੁਹਾਡਾ ਹੈਗਾ 94/64 ਆ ਤੇ ਜਦੋਂ ਖੜੇ ਕਰਕੇ ਦੇਖਦੇ ਆ ਜਾਂ ਲਟਾ ਕੇ ਦੇਖਦੇ ਆ ਤਾਂ 124/62 ਹੈ। ਇਹ ਜਿਹੜਾ ਬਲੱਡ ਪ੍ਰੈਸ਼ਰ ਹੈ ਜਦੋਂ ਵੇਟ ਘਟ ਜਾਂਦਾ ਇਹ ਤਕਰੀਬਨ ਸਾਰੇ ਪੇਸ਼ੈਂਟਸ ਦਾ ਇਦਾਂ ਹੁੰਦਾ 100/95 ਪੇਸ਼ੈਂਟਸ ਦਾ 5 ਪੇਸ਼ੈਂਟ ਐਸੇ ਹੁੰਦੇ ਆ ਜਿਨ੍ਹਾਂ ਨੂੰ ਬਲੱਡ ਪ੍ਰੈਸ਼ਰ ਦੀ ਬਿਮਾਰੀ ਹੈ ਉਹਨਾਂ ਦਾ ਫਿਰ ਵੀ ਜ਼ਿਆਦਾ ਰਹੇਗਾ ਪਰ ਜਨਰਲੀ ਕੀ ਹੁੰਦਾ ਬੀਪੀ 90/60 100/80 ਐਵੇਂ ਰਹਿਣ ਲੱਗ ਜਾਂਦਾ। ਤੁਹਾਡਾ ਕੀ ਹੋਇਆ ਕਿ ਬਾਡੀ ਤੁਹਾਡੀ ਸ਼ਰਿੰਕ ਕਰ ਗਈ, ਬਾਡੀ ਪਹਿਲਾਂ ਇੱਦਾਂ ਸੀ, ਆਹ ਜਿਹੜੀ ਹੁਣ ਪਹਿਲਾਂ ਵਾਲੀ ਪਿਕਚਰ ਆ ਤੁਹਾਡੀ ਇਹਦੇ 'ਚ ਕੀ ਆ ਕਿ ਜੇ ਆਪਾਂ ਇਹਨੂੰ ਸਾਇੰਟੀਫਿਕਲੀ ਸਮਝਣਾ ਫਿਰ ਇਹ ਆ ਕਿ ਜਿਹੜੀਆਂ ਨਰਵਸ ਨੇ ਉਹ ਉਹਨਾਂ 'ਤੇ ਸਟ੍ਰੈਸ ਹੈ, ਉਹ ਬਾਡੀ 'ਤੇ ਖਿਚਾਅ ਹੈ, ਉਹਦੇ ਨਾਲ ਬੀ ਪੀ ਜ਼ਿਆਦਾ। ਜਦੋਂ ਇਹ ਬਾਡੀ ਨੇ ਘੱਟ ਜਾਣਾ ਉਹਦੇ ਨਾਲ ਬੀ ਪੀ ਘੱਟਦਾ, ਨਾਲੇ ਪਲਸ ਵੀ ਘੱਟਦੀ ਹੈ ਕਿਉਂਕਿ ਤੁਹਾਡੀ ਬਾਡੀ 'ਤੇ ਜਿਹੜਾ ਸਟ੍ਰੈਸ ਘੱਟ ਗਿਆ, ਜਿਹੜਾ ਤੁਹਾਡਾ ਹਾਰਟ ਹੈ ਉਹਨੂੰ ਹੁਣ ਕੰਮ ਨਹੀਂ ਕਰਨਾ ਪੈਂਦਾ ਉਹਨਾਂ ਜ਼ਿਆਦਾ। ਪਹਿਲਾਂ ਹਾਰਟ ਨੂੰ ਕੰਮ ਕਰਨਾ, ਹਾਰਟ ਤਾਂ ਸੇਮ ਹੀ ਹੈ, ਪਹਿਲਾਂ ਉਹ ਕੰਮ ਕਰਦਾ ਸੀ ਅਗੇਂਸਟ ਹੈਵੀ ਬਾਡੀ। ਇਹ ਤੁਹਾਡੇ ਜਿਹੜੀ ਹਾਰਟ ਲਈ ਤਾਂ ਚੰਗਾ ਕਿਉਂਕਿ ਇਹਦੇ ਨਾਲ ਕੀ ਹੈ ਜਿਹੜਾ ਹਾਰਟ ਅਟੈਕ ਹੋਣ ਦੇ ਚਾਂਸਿਸ ਨੇ, ਸਟ੍ਰੋਕ ਦੇ ਚਾਂਸਿਸ ਨੇ, ਉਹ 100 ਗੁਣਾ ਘੱਟ ਜਾਂਦੇ ਆ। ਬਟ ਇਹਦਾ ਇੱਕ ਨੁਕਸਾਨ ਇਹ ਹੈ ਕਿ ਤੁਸੀਂ ਕਿਤੇ ਜਾ ਰਹੇ ਹੋ ਲੰਬੇ ਸਫ਼ਰ 'ਤੇ, 3 ਘੰਟੇ ਬੈਠੇ ਰਹੇ, ਇੱਕਦਮ ਖੜ੍ਹੇ ਹੋਵੋਗੇ ਤਾਂ ਹਾਂ ਫਿਰ ਚੱਕਰ ਆ ਜਾਊਗਾ। ਸੋ ਜਿਹੜੇ ਪੇਸ਼ੈਂਟ ਨੂੰ ਵੀ ਇੱਦਾਂ ਚੱਕਰ ਆਉਂਦਾ ਹੋਵੇ ਉਹ ਤੁਸੀਂ ਬੀ ਪੀ ਚੈੱਕ ਕਰੋ, ਖੜ੍ਹੇ ਹੋ ਕੇ ਕਰੋ ਅਤੇ ਲੇਟ ਕੇ ਕਰੋ, ਉਹਦੇ 'ਚ ਫਰਕ ਦੇਖੋ ਕਿੰਨਾ। ਸੋ ਇਹਦਾ ਕਾਰਨ ਕੀ ਹੈਗਾ ਵੀ ਵੇਟ ਘਟਣ ਕਰਕੇ ਬੀ ਪੀ ਘੱਟ ਚੱਲ ਰਿਹਾ। ਅੱਛਾ ਫਿਰ ਆਪਾਂ ਚਾਹੁੰਦੇ ਚੱਕਰ ਨਾ ਆਵੇ, ਉਹਦਾ ਇੱਕ ਸਲਿਊਸ਼ਨ ਤਾਂ ਇਹ ਹੈ ਕਿ ਲੱਤਾਂ ਦੀ ਐਕਸਰਸਾਈਜ਼ ਦੀ ਲੋੜ ਹੈ ਕਿਉਂਕਿ ਬਲੱਡ ਜਿਹੜਾ ਨਾ ਲੱਤਾਂ 'ਚ ਆ ਜਾਂਦਾ ਜਦੋਂ ਖੜ੍ਹੇ ਕਰਦੇ ਹਾਂ ਤਾਂ ਉਹਦੇ ਨਾਲ ਲੈਗਸ ਦੇ ਵਿੱਚ ਕੂਲ ਕਰ ਦਿੰਦਾ ਬਲੱਡ, ਉਹਦਾ ਬ੍ਰੇਨ ਨੂੰ ਖੂਨ ਨਹੀਂ ਜਾਣਾ ਪੂਰਾ ਤਾਂ ਚੱਕਰ ਆਊਗਾ। ਯੋਗਾ ਕਰੋ, ਯੋਗਾ ਨਾਲੋਂ ਵੀ ਬੈਟਰ ਹੈ, ਸਿਰਫ ਲੱਤਾਂ ਦੀ ਵਰਜਿਸ਼ ਦੀ ਲੋੜ ਆ ਤੁਹਾਨੂੰ ਮੇਨਲੀ। ਸਾਈਕਲਿੰਗ ਜੇ ਤੁਸੀਂ ਜਿਸ ਦਿਨ ਤੁਸੀਂ 10 ਮਿੰਟ ਸਾਈਕਲਿੰਗ ਕਰੋਗੇ ਉਸ ਦਿਨ ਤੁਹਾਨੂੰ ਚੱਕਰ ਨਹੀਂ ਆਊਗਾ। ਇਹ ਕਾਫ ਮਸਲਸ ਆ ਆਪਣੇ ਨੀਚੇ ਆ ਹਨ, ਇਹ ਪੰਪ ਦਾ ਕੰਮ ਕਰਦੇ ਆ, ਇਹ ਮਸਲ ਤੁਹਾਡੇ ਇਹ ਵੀ ਲੂਜ਼ ਹੋ ਜਾਂਦੇ ਆ ਵੇਟ ਘਟਣ ਨਾਲ। ਉਹ ਲੱਤਾਂ ਦੀ ਵਰਜਿਸ਼ ਦੀ ਹਰ ਰੋਜ਼ ਤੁਹਾਨੂੰ 10 ਮਿੰਟ ਲੋੜ ਹੈ। ਅੱਛਾ ਇਸ ਤੋਂ ਇਲਾਵਾ ਨਮਕ ਜ਼ਿਆਦਾ ਲੈਣਾ, ਨਮਕ ਨਾਲ ਵੀ ਥੋੜ੍ਹਾ ਬੀ ਪੀ ਅਪ ਰਹਿੰਦਾ, ਠੀਕ ਹੈ।